ਬਾਕੀ ਨੂੰ ਬੁਲਾਉਣਾ, ਮੈਂ ਤਾਂ ਮੇਰਾ ਬੋਲ ਲਿਆ। ਮੇਲਾ ਸ਼ੁਰੂ ਕਰੀਏ, ਅੱਗੇ ਆ ਜਾਓ, ਅੱਗੇ ਆ ਜਾਓ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਿਵੇਂ ਲੱਗੀ ਫਿਲਮ? ਵਧੀਆ ਲੱਗੀ, ਤੁਹਾਡੇ ਬੰਦਿਆਂ ਨੇ ਜੀ ਕਰੈਕਟਰ ਖਾਸ ਰੱਖੇ ਸੀ ਵਿੱਚ। ਚਲੋ, ਸਟਾਇਰ ਹੁੰਦਾ, ਤੁਸੀਂ ਆਪਣਾ ਕੰਮ ਕਰ ਰਹੇ ਹੋ, ਅਸੀਂ ਆਪਣਾ ਕੰਮ ਕਰ ਰਹੇ ਹਾਂ ਨਾ। ਸੋ ਸਾਡੀ ਇਹੀ ਕੋਸ਼ਿਸ਼ ਸੀ ਕਿ ਫਿਲਮ ਦੇ ਨਾਲ ਨਾਲ ਕੁਛ ਚੱਲਦਾ ਰਹੇ। ਵਧੀਆ, ਅੱਜ ਮੈਂ ਨਹੀਂ ਬੋਲਣਾ, ਅੱਜ ਵਰਿੰਦਰ ਸਾਹਿਬ ਬੋਲਣਗੇ। ਇਹ ਸਾਡੇ ਫਿਲਮ ਦਾ ਇਧਰ ਆ। ਕਿਵੇਂ ਲੱਗੀ ਜੀ ਫਿਲਮ ਭਾਜੀ? ਬਹੁਤ ਸਹੀ ਸੀ, ਰਿਵਿਊਜ਼ ਟੈਕਨੀਕਲੀ ਵੈਰੀ ਸਾਊਂਡ, ਥੈਂਕ ਯੂ, ਐਂਡ ਡਾਇਲੌਗ ਵਾਈਜ਼ ਵੀ ਵੈਰੀ ਨਾਈਸ, ਵੈਰੀ ਨਾਈਸਲੀ ਰਿਟਨ, ਵੈਰੀ ਨਾਈਸਲੀ ਐਗਜ਼ੀਕਿਊਟਡ, ਥੈਂਕ ਯੂ ਵੈਰੀ ਮਚ। ਤੇ ਬਾਕੀ ਵਾਰੀ ਟੀਮ ਹੈ ਭਾਜੀ ਵੀਰ ਸਿੰਘ ਭਾਜੀ, ਸਤਿ ਸ਼੍ਰੀ ਅਕਾਲ ਭਾਜੀ, ਉਹਨਾਂ ਨੇ ਵੀਰ ਸਿੰਘ ਭਾਜੀ ਬਹੁਤ ਸੋਹਣਾ ਵਾਇਸ ਓਵਰ ਐਂਡ ਵਿੱਚ ਜਿਹੜੇ ਗਾਣੇ ਸੀਗੇ ਉਹ ਭਾਜੀ ਉਹਨਾਂ ਦੀ ਆਵਾਜ਼ ਚਾਹੀਦੀ ਸੀ, ਬਹੁਤ ਅੱਛੇ ਗਾਣੇ। ਥੈਂਕ ਯੂ ਸੋ ਮਚ, ਪਹਿਲੀ ਵਾਰੀ ਵਾਇਸ ਓਵਰ ਕੀਤਾ ਜੀ ਮੈਂ ਕਿਸੇ ਫਿਲਮ ਦਾ, ਐਂਡ ਮੇਰੇ ਲਈ ਵੱਖਰਾ ਜਿਹਾ ਐਕਸਪੀਰੀਅੰਸ ਸੀ। ਸੋ ਭਾਜੀ ਵੀਰ ਸਿੰਘ ਸਰ ਦੀ ਫਿਰ ਅਗਰ ਆ ਗਏ ਹੁਣ ਸਰ, ਪਲੀਜ਼ ਸਾਨੂੰ ਇੱਕ ਗਾਣਾ ਤਾਂ ਬਣਦਾ ਜੀ, ਜ਼ਰੂਰ ਭਾਜੀ, ਬਖਸ਼ਿਸ਼ ਹੈ। ਇਹਨਾਂ ਦੀ ਫਿਲਮ 'ਚ ਮੈਂ ਗਾਊਂਗਾ, ਬੋਲਾ ਬਣ ਕੇ। ਹਾਂ ਜਿਵੇਂ ਗਾਣੇ ਤੇ ਬੀਤ ਭਾਈ ਵੀ ਕਿੱਧਰ ਗਏ? ਅੱਜ ਹਾਲੀਵੁੱਡ ਐਕਟਰ ਲੱਗ ਰਹੇ ਹਾਂ ਗੱਭਰੂ ਦਾ ਟਾਈਮ ਹੈ ਨਾ, ਤੇ ਬਾਈ ਦਾ ਬਹੁਤ ਥੈਂਕ ਯੂ, ਅਸੀਂ ਇਹਨਾਂ ਤੋਂ ਗਾਣਾ ਖੋਇਆ, ਇਹਨਾਂ ਨੇ ਦਿੱਤਾ ਬਾਈ, ਇਹਨਾਂ ਨੇ ਭਾਈ ਹੋਰਾਂ ਨੇ ਗਾਣਾ ਦਿੱਤਾ ਬਾਈ, ਹੁਣ ਭਾਈ ਹੋਰੀ ਬੋਲਣਗੇ ਫਿਲਮ ਬਾਰੇ। ਫਿਲਮ ਬਹੁਤ ਐਂਡ ਅੱਜ ਦੇ ਮੁੱਦੇ 'ਤੇ ਆ, ਅਤੇ ਬਾਈ ਨੇ ਬਹੁਤ ਸੋਹਣੀ ਐਕਟਿੰਗ, ਸਾਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ, ਇਹਨਾਂ ਨੇ ਵੀ ਬਹੁਤ ਸੋਹਣਾ ਕੰਮ ਕੀਤਾ। ਵੀਰ ਦਾ ਗਾਣਾ ਬਹੁਤ ਸੋਹਣਾ ਮੈਂ ਸੁਣਿਆ, ਮੈਨੂੰ ਲੱਗਾ ਯਾਰ ਵੀ ਹਾਂ ਇੱਦਾਂ ਦਾ ਗਾਣਾ ਚਾਹੀਦਾ ਸੀ ਮੈਨੂੰ ਵੀ ਗਾਉਣਾ, ਪਰ ਇਹਨਾਂ ਮੈਨੂੰ ਭੁੱਲ ਲਿਆ। ਅਤੇ ਆਪਣੇ ਡਾਇਰੈਕਟਰ ਸਾਹਿਬ ਇਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ, ਅਤੇ ਮੇਰੀ ਇੱਕ ਹੀ ਬੇਨਤੀ ਹੈ ਸਾਰਿਆਂ ਨੂੰ ਕਿ ਇੱਕ ਵਾਰੀ ਜ਼ਰੂਰ, ਮੇਰਾ ਉਦੋਂ ਕਲੀਨ ਸ਼ੇਵ ਸੀਗਾ ਇਸ ਕਰਕੇ ਪ੍ਰੋਬਲਮ ਆ ਗਈ ਸੀ, ਪਰ ਮੈਂ ਆਪਣੇ ਮਨ ਨਾਲ ਇਸ ਫਿਲਮ ਨਾਲ ਜੁੜਿਆ ਹੋਇਆ ਸੀਗਾ। ਇਹੋ ਜਿਹੀ ਫਿਲਮਾਂ ਬਣਨੀਆਂ ਚਾਹੀਦੀਆਂ ਨੇ, ਬਹੁਤ ਜ਼ਰੂਰੀ ਨੇ, ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਇਸ ਕਿਸਮ ਦਾ ਸਿਨੇਮਾ ਬਣਨਾ ਚਾਹੀਦਾ, ਬਹੁਤ ਜ਼ਰੂਰੀ ਹੈ, ਇੱਕ ਨਵਾਂ ਜੌਨਰ ਜਿਹਨੂੰ ਕਹਿ ਸਕਦੇ ਲੈ ਕੇ ਆਏ। ਕਾਮੇਡੀ ਮੈਂ ਬਹੁਤ ਚਿਰਾਂ ਬਾਅਦ ਬਹੁਤ ਵਧੀਆ ਤਰੀਕੇ ਨਾਲ ਹੱਸਿਆ, ਕਿਉਂਕਿ ਕਾਮੇਡੀ ਦਾ ਵੀ ਇੱਕ ਮਤਲਬ ਹੋਣਾ ਚਾਹੀਦਾ ਭਾਜੀ, ਮੇਰੀ ਗੱਲ ਨਾਲ ਸਹਿਮਤੀ ਹੋਣਗੇ ਕਿ ਮਤਲਬ ਉਹ ਲਗਾਤਾਰ ਹਾਸੀ ਨਾਲ ਉਹ, ਅਸੀਂ ਪਹਿਲਾਂ ਹੀ ਸੋਚਿਆ ਹੋਇਆ, ਐਂ ਨਹੀਂ ਕਿ ਚੱਲ ਗਈ ਅਤੇ ਬਾਅਦ 'ਚੋਂ ਆਪਾਂ ਦੋ ਬਣਾ ਦਈਏ, ਪਾਰਟ 2 ਇਹਦਾ ਆਊਗਾ, ਕਹਾਣੀ ਅਜੇ ਪੂਰੀ ਨਹੀਂ ਹੋਈ। ਵੱਖਰੀ ਕਿਸਮ ਦੀ ਕਹਾਣੀ ਅਸੀਂ ਕਹਿ ਸਕਦੇ ਹਾਂ, ਪਰ ਇਹ ਮੁੱਦਾ ਬੜਾ ਵੱਡਾ ਹੈਗਾ ਕਿ ਕਮ ਸੇ ਕਮ ਇਹ ਫਿਲਮ ਦੇਖ ਕੇ ਤੁਹਾਡੇ ਦਿਮਾਗ 'ਚ ਕੁਐਸਚਨ ਮਾਰਕ ਤਾਂ ਬਣ ਜਾਊਗਾ ਨਾ ਕਿ ਤੁਸੀਂ ਕੀ ਕਰਨਾ। ਮੈਂ ਹਮੇਸ਼ਾ ਹੀ ਇੱਕ ਗੱਲ ਕਹਿੰਦਾ ਹੁੰਦਾ ਕਿ ਜ਼ਮੀਨ ਨਹੀਂ ਵੇਚਣੀ ਚਾਹੀਦੀ, ਕਿਉਂਕਿ ਕਰਦੇ ਕਰਦੇ ਜਿਹੜੀ ਗੱਲ ਕਰਕੇ ਹੁੰਦੀ ਆ ਫਿਲਮ ਗਲਤ ਹੁੰਦੀ ਆ, ਉਹ ਵੱਡੀ ਗੱਲ ਜਿਹੜੀ ਖੂਬਸੂਰਤੀ ਆ ਕਮੇਡੀ ਦੀ ਕਿ ਸਿਚੁਏਸ਼ਨਲ ਕਮੇਡੀ ਆ, ਕੋਈ ਇੱਦਾਂ ਨਹੀਂ ਵੀ ਪੰਚ ਹੈਗੇ ਆ, ਉਹ ਸਿਚੁਏਸ਼ਨ ਦੀ ਤੁਸੀਂ ਉਹਦੇ ਨਾਲ ਲੈਣਾ। ਸੌਮਿਆ ਪੰਜਾਬੀ ਆਉਂਦੀ ਹੈ ਤੁਹਾਨੂੰ? ਲਿਟਲ ਬਿਟ ਪੰਜਾਬੀ ਸਿਖਾ ਰਹੇ ਹੋ ਨਾ?
ਕੈਸਾ ਲੱਗਾ ਪੰਜਾਬੀ ਫਿਲਮ ਯਾਰ? ਬਾਜੀ ਇੱਧਰ ਆ ਕੇ ਪੁੱਛ ਲਓ, ਅੱਗੇ ਅੱਗੇ ਇੱਧਰੋਂ ਸਾਹਮਣੇ ਸਾਹਮਣੇ ਹੋ ਜਾਏਗਾ ਵੀਰੇ, ਉੱਧਰ ਆ ਜਾਓ। ਜਿੰਨੇ ਡਾਇਲੋਗਸ ਨੇ ਇਸ ਬੰਦੇ ਦੀ ਫਿਲਮ ਲਿਖੀ ਆ, ਸਾਡੀ ਕੋਸ਼ਿਸ਼ ਸੀ ਕਿ ਜਿੰਨੇ ਆਉਣ ਯੰਗ ਮੁੰਡੇ ਆਉਣ, ਡਾਇਰੈਕਟਰ ਦੇਖੋ ਵੈਰੀ ਯੰਗ, ਸਾਡਾ ਰਾਈਟਰ ਦੇਖੋ ਯਾਰ, ਸਾਨੂੰ ਲੱਗਦਾ ਸਾਡੇ ਕੋਲ ਬਹੁਤ ਸਟਰੋਂਗ ਟੀਮ ਆ, ਅੱਗੇ ਵੀ ਬਹੁਤ ਖਤਰਨਾਕ ਵਾ। ਠੀਕ ਹੈ ਸਰ, ਸੌਮਿਆ ਕੁਛ ਤੁਸੀਂ ਵੀ ਥੋੜ੍ਹਾ ਰੋਸ਼ਨੀ ਪਾਓ ਪੰਜਾਬੀ 'ਚ, ਕਿੰਨਾ ਕੁ ਸਿੱਖ ਲਈ? ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਤੋਂ ਇਲਾਵਾ ਆਇਆ ਕੁਛ? ਬਹੁਤ ਚੰਗਾ ਲੱਗਾ, ਇਟਸ ਅ ਵੈਰੀ ਗੁੱਡ ਐਕਟਰ। ਹਾਂਜੀ, ਗਾਣਾ ਸੀਗਾ, ਵੀਰ ਸਰ ਕਿੱਧਰ ਚਲੇ ਗਏ? ਵੀਰ ਸਿੰਘ ਚਲੇ ਗਏ ਯਾਰ, ਬੜਾ ਮਾੜਾ। ਚਲੋ ਥੈਂਕ ਯੂ, ਥੈਂਕ ਯੂ, ਤਿਆਰੀ ਕਰ ਲਾਂਗੇ ਪਹਿਲਾਂ, ਆਹ ਸਾਰੇ ਖੜੇ ਤਿਆਰੀ ਦੱਸਾਂਗੇ। ਮੀਡੀਆ ਤੋਂ ਭਾਜੀ ਰੋਟੀ ਖਾ ਕੇ ਕਹਿੰਦਾ, ਰੋਟੀ ਖਵਾ ਦੋਗੇ ਮੈਨੂੰ ਕਹਿੰਦਾ? ਦੇਖੋ ਮੀਡੀਆ ਦੇ ਕੁਛ ਰੋਲ ਨੇ, ਮੀਡੀਆ ਚੌਥਾ ਥੰਮ ਨਹੀਂ ਹੁੰਦਾ, ਪਹਿਲਾ ਥੰਮ ਹੀ ਬਣ ਗਿਆ ਹਰ ਚੀਜ਼ ਜੋ ਦਿਖਦੀ ਹੈ ਲੋਕਾਂ ਨੂੰ, ਐਂ ਲੱਗਦਾ ਹੁਣ ਤੁਸੀਂ ਵੀ ਤਾਂ ਹਰ ਫਿਲਮ ਨੂੰ ਐਂ ਦਿਖਾਉਂਦੇ ਹੋ ਨਾ ਵੀ ਔਸਕਰੀ ਹੈ, ਹਨਾ? ਲੋਕਾਂ ਨੂੰ ਐਂ ਲੱਗਦਾ ਉਹ ਫਿਲਮ ਬਹੁਤ ਵਧੀਆ, ਤੁਹਾਡੇ ਜ਼ਰੀਏ ਬਹੁਤ ਵੱਡੀ ਚੀਜ਼ ਲੋਕਾਂ ਸਾਹਮਣੇ ਜਾਂਦੀ, ਮੈਂ ਚਾਹੁੰਦਾ ਕਿ ਜਿਹੜੀ ਬਾਕੀ ਫਿਲਮ ਵਧੀਆ ਲੱਗੇ ਤਾਂ ਲੋਕਾਂ ਨੂੰ ਐਂ ਲੱਗੇ ਕਿ ਦੇਖਣੀ ਚਾਹੀਦੀ। ਸਰ ਅੱਛੇ ਕੋ ਅੱਛਾ, ਅੱਛੇ ਕੋ ਅੱਛਾ ਔਰ ਬੁਰੇ ਕੋ ਬੁਰਾ ਕਹਾ ਹਮਨੇ, ਹਾਂ ਜ਼ਰੂਰੀ ਹੈ, ਉਹ ਸੁਣਿਆ ਨਹੀਂ ਤੁਸੀਂ? ਮੈਨੂੰ ਲੱਗਦਾ ਜਦੋਂ ਮੀਡੀਆ ਆਪਣਾ ਸਹੀ ਕੁਐਸਚਨ ਕਰੂਗਾ ਤਾਂ ਬਹੁਤ ਸੁਧਾਰ ਹੋ ਸਕਦੇ ਨੇ ਸਿਸਟਮ। ਸਹੀ ਕੁਐਸਚਨ ਚੱਲ ਜਾਂਦਾ ਭਾਈ? ਹਾਂਜੀ ਸਹੀ ਕੁਐਸਚਨ ਚੱਲ ਜਾਂਦਾ। ਹਾਂ ਹਾਂ, ਤਾਂ ਵਧੀਆ ਸਰ, ਤੁਹਾਡੀ ਫਿਲਮ ਵੈਸੇ ਵਧੀਆ ਹੈ ਸਰ, ਇੱਕ ਲਾਈਨ ਬਸ ਬਸ ਮਾੜੀ ਹੈ ਜੋ ਕਹਿੰਦਾ ਰੋਟੀ ਖਵਾ ਦੇਣਾ, ਬਸ ਰੋਟੀ ਖਵਾ ਦੇਣਾ ਮੈਂ ਕੰਮ। ਆਪਾਂ ਵੀ ਇੱਥੇ ਰੋਟੀ, ਮੈਨੂੰ ਤਾਂ ਡਾਇਲੋਗ ਸਭ ਤੋਂ ਵੱਧ ਵਧੀਆ ਹੋਈ ਲੱਗਦਾ। ਅੱਛਾ, ਰੋਟੀ ਤਾਂ ਮਿਲ ਜੂਗੀ, ਹਾਂ ਰੋਟੀ ਕਰਕੇ ਹੀ ਬੈਠੇ ਹਾਂ ਇੱਥੇ ਸਾਰੇ। ਠੀਕ ਹੈ ਸਰ, ਥੈਂਕ ਯੂ ਵੈਰੀ ਮਚ, ਸ਼ੁਕਰੀਆ ਭਾਜੀ, ਥੈਂਕ ਯੂ ਸੋ ਮਚ। ਫਿਲਮ ਲੱਗ ਚੁੱਕੀ ਹੈ ਸਿਨੇਮਿਆਂ 'ਚ ਅਤੇ ਵੱਧ ਤੋਂ ਵੱਧ ਜਾ ਕੇ ਦੇਖ ਕੇ ਆਉਣਾ, ਥੈਂਕ ਯੂ ਸੋ ਮਚ।